ਜੋ ਅੱਜ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਇੱਕ ਵਾਪਰਾ ਆਪਣਾ ਕੰਗਣਾ ਰਾਉਤ ਆਏ ਸੀਗੇ ਜਿਹੜੇ ਐਮ ਪੀ ਬਣੇ ਆ ਸਾਡੇ ਇਸ ਟਾਈਮ ਬੀਜੇਪੀ ਦੇ ਮੰਡੀ ਤੋਂ, ਉਹਨਾਂ ਦੇ ਨਾਲ ਕਹਿੰਦੇ ਕੁਲਵਿੰਦਰ ਕੌਰ ਸੀ ਆਈ ਐਸ ਦੀ ਸਾਡੀ ਸੀ ਆਈ ਐਸ ਐਫ ਦੀ ਮੁਲਾਜ਼ਮ ਹੈ ਕੁੜੀ, ਜੋ ਉੱਥੇ ਚੈਕਿੰਗ ਵਗੈਰਾ ਕਰ ਰਹੇ ਸੀਗੇ ਉਹ ਟਾਈਮ ਜਦੋਂ ਉਹਨੇ ਚੈਕਿੰਗ ਦੀ ਗੱਲ ਕਰੀ ਤਾਂ ਉਹਨੇ ਪੰਜਾਬੀ ਹੋਣ ਦੇ ਨਾਤੇ ਕੁਲਵਿੰਦਰ ਕੌਰ ਨੂੰ ਗਲਤ ਬੋਲਿਆ ਕੰਗਣਾ ਰਣੌਤ ਨੇ, ਕਿਉਂਕਿ ਜਿਹੜੀ ਕੰਗਣਾ ਰਣੌਤ ਹੈ ਉਹ ਪਹਿਲਾਂ ਵੀ ਕਿਸਾਨਾਂ ਪ੍ਰਤੀ ਬਹੁਤ ਗਲਤ ਬੋਲੀ ਹੈ, ਉਹਨੇ ਪਹਿਲਾਂ ਵੀ ਮੰਦਾ ਚੰਗਾ ਬੋਲਿਆ ਹੈਗਾ ਸਾਨੂੰ ਕਿਸਾਨੀ ਜਦੋਂ ਅੰਦੋਲਨ ਪਿਛਲਾ 2020 ਦੇ 21 ਵਾਲਾ ਚੱਲਿਆ ਉਦੋਂ ਵੀ ਸਾਡੇ ਜਿਹੜੀਆਂ ਮਾਤਾ ਉੱਥੇ ਬੈਠੇ ਸੀ ਉਹਨੂੰ 100 ਰੁਪਏ ਦਿਹਾੜੀ 'ਤੇ ਲੈ ਕੇ ਆਉਣ ਵਾਲਾ ਕਿਹਾ ਕਿਸੇ ਨੂੰ ਪੁੱਛ ਕੇ ਹੈ, ਅਤੇ ਹੁਣ ਐਮ ਪੀ ਬਣ ਕੇ ਤਾਂ ਉਹਨਾਂ ਦਾ ਹੋਰ ਵੀ ਸਾਨੂੰ ਲੱਗਦਾ ਦਿਮਾਗ ਖਰਾਬ ਹੋ ਗਿਆ, ਜਦੋਂ ਚੈਕਿੰਗ ਦੇ ਵਿੱਚ ਸਾਡੀ ਕੁੜੀ ਕੁਲਵਿੰਦਰ ਕੌਰ ਨੇ ਉਹਨੂੰ ਸਵਾਲ ਜਵਾਬ ਕਰੇ ਤਾਂ ਉਹਦੇ ਹੱਥੋਂ ਪਾਈ ਤੱਕ ਉਹ ਗਈ ਹੈ ਕੰਗਣਾ ਰਣੌਤ ਉਹਦੇ ਨਾਲ ਗਲਤ ਬੋਲੀ ਹੈ, ਜਦਕਿ ਮੈਂ ਹੁਣ ਇੱਕ ਖਬਰ ਦੇਖ ਰਿਹਾ ਸੀ ਨਿਊਜ਼ 18 'ਤੇ ਚੱਲਦੀ ਹੈ ਉਹਦੇ 'ਚ ਬਲੇਮ ਲਾਇਆ ਜਾ ਰਿਹਾ ਕੁਲਵਿੰਦਰ ਕੌਰ 'ਤੇ ਵੀ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਸੱਪੜ ਮਾਰਿਆ, ਪਰ ਜਿਹੜੀ ਕੁਲਵਿੰਦਰ ਕੌਰ ਹੈ ਕਾਫੀ ਪਿੱਛੇ ਖੜੀ ਹੈ ਕੰਗਣਾ ਰਣੌਤ ਦੇ ਨਾਲ, ਜਦੋਂ ਅੱਗੇ ਜਾ ਕੇ ਬੈਕ ਮੁੜ ਕੇ ਦੇਖਦੀ ਹੈ ਇੱਕ ਬੰਦਾ ਉਹ ਬੰਦੇ ਦਾ ਇੱਕ ਕਾਲੇ ਕੱਪੜਿਆਂ ਦੇ ਵਿੱਚ ਕੁੜੀ ਉਹਦੇ ਨੇੜੇ ਆਉਂਦੀ ਹੈ ਕੰਗਣਾ ਰਣੌਤ, ਜਦਕਿ ਉਹ ਇੱਕ ਕੈਬ ਵਾਲਾ ਬੰਦਾ ਜਿਹੜਾ ਹੈਗਾ ਹਿਮਾਚਲ ਦਾ ਹੀ ਲੱਗਦਾ ਉਹਨੇ ਉਹ ਕਾਲੀ ਕੱਪੜਿਆਂ ਵਾਲੀ ਕੁੜੀ ਦੇ ਥੱਪੜ ਜ਼ਰੂਰ ਮਾਰਿਆ, ਕਿਉਂਕਿ ਇਹਦੇ 'ਚ ਦਿਖਦਾ ਵੀ ਦੇਖੋ ਉਹਨਾਂ ਦਾ ਇੰਨਾ ਦਿਮਾਗ ਖਰਾਬ ਹੋ ਗਿਆ ਬੀਜੇਪੀ ਵਾਲਿਆਂ ਦਾ ਜਿਹੜੇ ਏਅਰਪੋਰਟਾਂ ਦੇ ਆ ਕੇ ਵੀ ਬਦਮਾਸ਼ੀ ਕਰਨ ਲੱਗ ਗਏ, ਜਦਕਿ ਜਿਹੜੇ ਸਾਡੇ ਉੱਥੇ ਮੁਲਾਜ਼ਮ ਹੈ ਕਿਉਂਕਿ ਕੁਲਵਿੰਦਰ ਕੌਰ ਤਾਂ ਇਹ ਵੀ ਅੱਜ ਨਵੀਂ ਲੱਗੀ ਹੈ ਜਾਂ ਕੁਛ ਹੈ, ਪੰਜਾਬ ਦੀ ਕੁੜੀ ਹੈ ਠੀਕ ਹੈ ਸਾਡਾ ਹੱਕ ਹੈ ਪੰਜਾਬ ਦੇ ਵਿੱਚ ਏਅਰਪੋਰਟ ਬਣਿਆ ਵੀ ਅਸੀਂ ਪੰਜਾਬੀਆਂ ਦੇ ਉੱਤੇ ਕੰਮ ਵੀ ਕਰਨਾ ਸਾਰਾ ਕੁਛ ਹੈ, ਪਰ ਸਾਨੂੰ ਬਦਨਾਮ ਕਰਨਾ ਬਿਲਕੁਲ ਗਲਤ ਗੱਲ ਹੈ, ਅਸੀਂ ਆਪਣੇ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਕੌਰ ਦੇ ਨਾਲ ਖੜੇ ਹਾਂ, ਪਰ ਜੇ ਬਿਲਕੁਲ ਉਹਦੇ ਨਾਲ ਕੋਈ ਗਲਤ ਹੁੰਦਾ ਜਾਂ ਬੇਨਿਆਈ ਕਰਦੇ ਹਾਂ ਤਾਂ ਅਸੀਂ ਕੁਲਵਿੰਦਰ ਕੌਰ ਦੇ ਹੱਕ 'ਚ ਖੜਾਂਗੇ। ਉਹ ਤੋਂ ਬਾਅਦ ਜੋ ਕੰਗਣਾ ਰਣੌਤ ਨੇ ਕਰਿਆ ਉੱਥੇ ਆ ਕੇ ਉਹ ਗਾਲੀ ਗਲੋਚ ਵੀ ਕਰੀ ਹੈ ਕੁਲਵਿੰਦਰ ਕੌਰ ਨਾਲ ਜਾਂ ਗਲਤ ਬੋਲਿਆ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਉਹ ਤੋਂ ਬਾਅਦ ਜੋ ਕੰਗਣਾ ਰਣੌਤ ਦੇ ਨਾਲ ਬੰਦਾ ਹੈਗਾ ਇੱਕ ਕੈਬ ਲਈ ਹੋਈ ਉਹਨੇ ਹਿਮਾਚਲ ਦੀ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀਡੀਓ ਕਲਿੱਪ ਦੇ ਵਿੱਚ ਰੋਕ ਕੇ ਵੀ ਉਹਦੇ ਵਿੱਚ ਉਹ ਬੰਦਾ ਇੱਕ ਕਾਲੇ ਕੱਪੜਿਆਂ ਵਾਲੀ ਕੁੜੀ ਦੇ ਥੱਪੜ ਜ਼ਰੂਰ ਮਾਰ ਰਿਹਾ, ਜਿਹਦੀ ਅਸੀਂ ਮੰਗ ਕਰਦੇ ਹਾਂ ਉਹਦੀ ਜਾਂਚ ਕਰਕੇ ਉਹ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕੰਗਣਾ ਰਣੌਤ ਜਿਹੜੀ ਐਮ ਪੀ ਬਣੀ ਆ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਇੱਕ ਵਾਪਰਾ ਆਪਣਾ ਕੰਗਣਾ ਰਣੌਤ ਆਏ ਸੀਗੇ ਜਿਹੜੇ ਐਮ ਪੀ ਬਣੇ ਆ ਸਾਡੇ ਇਸ ਟਾਈਮ ਬੀਜੇਪੀ ਦੇ ਮੰਡੀ ਤੋਂ, ਉਹਨਾਂ ਦੇ ਨਾਲ ਕਹਿੰਦੇ ਕੁਲਵਿੰਦਰ ਕੌਰ ਸੀ ਆਈ ਐਸ ਦੀ ਸਾਡੀ ਸੀ ਆਈ ਐਸ ਐਫ ਦੀ ਮੁਲਾਜ਼ਮ ਹੈ ਕੁੜੀ, ਜੋ ਉੱਥੇ ਚੈਕਿੰਗ ਵਗੈਰਾ ਕਰ ਰਹੇ ਸੀਗੇ ਉਹ ਟਾਈਮ ਜਦੋਂ ਉਹਨੇ ਚੈਕਿੰਗ ਦੀ ਗੱਲ ਕਰੀ ਤਾਂ ਉਹਨੇ ਪੰਜਾਬੀ ਹੋਣ ਦੇ ਨਾਤੇ ਕੁਲਵਿੰਦਰ ਕੌਰ ਨੂੰ ਗਲਤ ਬੋਲਿਆ ਕੰਗਣਾ ਰਣੌਤ ਨੇ, ਕਿਉਂਕਿ ਜਿਹੜੀ ਕੰਗਣਾ ਰਣੌਤ ਹੈ ਉਹ ਪਹਿਲਾਂ ਵੀ ਕਿਸਾਨਾਂ ਪ੍ਰਤੀ ਬਹੁਤ ਗਲਤ ਬੋਲੀ ਹੈ, ਉਹਨੇ ਪਹਿਲਾਂ ਵੀ ਮੰਦਾ ਚੰਗਾ ਬੋਲਿਆ ਹੈਗਾ ਸਾਨੂੰ ਕਿਸਾਨੀ ਜਦੋਂ ਅੰਦੋਲਨ ਪਿਛਲਾ 2020 ਦੇ 21 ਵਾਲਾ ਚੱਲਿਆ ਉਦੋਂ ਵੀ ਸਾਡੇ ਜਿਹੜੀਆਂ ਮਾਤਾ ਉੱਥੇ ਬੈਠੇ ਸੀ ਉਹਨੂੰ 100 ਰੁਪਏ ਦਿਹਾੜੀ 'ਤੇ ਲੈ ਕੇ ਆਉਣ ਵਾਲਾ ਕਿਹਾ ਕਿਸੇ ਨੂੰ ਪੁੱਛ ਕੇ ਹੈ, ਅਤੇ ਹੁਣ ਐਮ ਪੀ ਬਣ ਕੇ ਤਾਂ ਉਹਨਾਂ ਦਾ ਹੋਰ ਵੀ ਸਾਨੂੰ ਲੱਗਦਾ ਦਿਮਾਗ ਖਰਾਬ ਹੋ ਗਿਆ, ਜਦੋਂ ਚੈਕਿੰਗ ਦੇ ਵਿੱਚ ਸਾਡੀ ਕੁੜੀ ਕੁਲਵਿੰਦਰ ਕੌਰ ਨੇ ਉਹਨੂੰ ਸਵਾਲ ਜਵਾਬ ਕਰੇ ਤਾਂ ਉਹਦੇ ਹੱਥੋਂ ਪਾਈ ਤੱਕ ਉਹ ਗਈ ਹੈ ਕੰਗਣਾ ਰਣੌਤ ਉਹਦੇ ਨਾਲ ਗਲਤ ਬੋਲੀ ਹੈ, ਜਦਕਿ ਮੈਂ ਹੁਣ ਇੱਕ ਖਬਰ ਦੇਖ ਰਿਹਾ ਸੀ ਨਿਊਜ਼ 18 'ਤੇ ਚੱਲਦੀ ਹੈ ਉਹਦੇ 'ਚ ਬਲੇਮ ਲਾਇਆ ਜਾ ਰਿਹਾ ਕੁਲਵਿੰਦਰ ਕੌਰ 'ਤੇ ਵੀ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਸੱਪੜ ਮਾਰਿਆ, ਪਰ ਜਿਹੜੀ ਕੁਲਵਿੰਦਰ ਕੌਰ ਹੈ ਕਾਫੀ ਪਿੱਛੇ ਖੜੀ ਹੈ ਕੰਗਣਾ ਰਣੌਤ ਦੇ ਨਾਲ, ਜਦੋਂ ਅੱਗੇ ਜਾ ਕੇ ਬੈਕ ਮੁੜ ਕੇ ਦੇਖਦੀ ਹੈ ਇੱਕ ਬੰਦਾ ਉਹ ਬੰਦੇ ਦਾ ਇੱਕ ਕਾਲੇ ਕੱਪੜਿਆਂ ਦੇ ਵਿੱਚ ਕੁੜੀ ਉਹਦੇ ਨੇੜੇ ਆਉਂਦੀ ਹੈ ਕੰਗਣਾ ਰਣੌਤ, ਜਦਕਿ ਉਹ ਇੱਕ ਕੈਬ ਵਾਲਾ ਬੰਦਾ ਜਿਹੜਾ ਹੈਗਾ ਹਿਮਾਚਲ ਦਾ ਹੀ ਲੱਗਦਾ ਉਹਨੇ ਉਹ ਕਾਲੀ ਕੱਪੜਿਆਂ ਵਾਲੀ ਕੁੜੀ ਦੇ ਥੱਪੜ ਜ਼ਰੂਰ ਮਾਰਿਆ, ਕਿਉਂਕਿ ਇਹਦੇ 'ਚ ਦਿਖਦਾ ਵੀ ਦੇਖੋ ਉਹਨਾਂ ਦਾ ਇੰਨਾ ਦਿਮਾਗ ਖਰਾਬ ਹੋ ਗਿਆ ਬੀਜੇਪੀ ਵਾਲਿਆਂ ਦਾ ਜਿਹੜੇ ਏਅਰਪੋਰਟਾਂ ਦੇ ਆ ਕੇ ਵੀ ਬਦਮਾਸ਼ੀ ਕਰਨ ਲੱਗ ਗਏ, ਜਦਕਿ ਜਿਹੜੇ ਸਾਡੇ ਉੱਥੇ ਮੁਲਾਜ਼ਮ ਹੈ ਕਿਉਂਕਿ ਕੁਲਵਿੰਦਰ ਕੌਰ ਤਾਂ ਇਹ ਵੀ ਅੱਜ ਨਵੀਂ ਲੱਗੀ ਹੈ
ਜਾਂ ਕੁਛ ਹੈ, ਪੰਜਾਬ ਦੀ ਕੁੜੀ ਹੈ, ਠੀਕ ਹੈ, ਸਾਡਾ ਹੱਕ ਹੈ ਪੰਜਾਬ ਦੇ ਵਿੱਚ ਏਅਰਪੋਰਟ ਬਣਿਆ ਵੀ ਅਸੀਂ ਪੰਜਾਬੀਆਂ ਦੇ ਉੱਤੇ ਕੰਮ ਵੀ ਕਰਨਾ ਸਾਰਾ ਕੁਛ ਹੈ, ਪਰ ਸਾਨੂੰ ਬਦਨਾਮ ਕਰਨਾ ਬਿਲਕੁਲ ਗਲਤ ਗੱਲ ਹੈ। ਅਸੀਂ ਆਪਣੇ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਕੌਰ ਦੇ ਨਾਲ ਖੜੇ ਹੈ, ਪਰ ਜੇ ਬਿਲਕੁਲ ਉਹਦੇ ਨਾਲ ਕੋਈ ਗਲਤ ਹੁੰਦਾ ਹੈ, ਬੇਨਿਆਈ ਕਰਦੇ ਹੈ, ਤਾਂ ਅਸੀਂ ਕੁਲਵਿੰਦਰ ਕੌਰ ਦੇ ਹੱਕ 'ਚ ਖੜਾਂਗੇ। ਉਹ ਤੋਂ ਬਾਅਦ ਜੋ ਕੰਗਣਾ ਰਣੌਤ ਨੇ ਕਰਿਆ ਉੱਥੇ ਆ ਕੇ ਉਹ ਗਾਲੀ ਗਲੋਚ ਵੀ ਕਰੀ ਹੈ ਕੁਲਵਿੰਦਰ ਕੌਰ ਨਾਲ, ਜਾਂ ਗਲਤ ਬੋਲਿਆ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਉਹ ਤੋਂ ਬਾਅਦ ਜੋ ਕੰਗਣਾ ਰਣੌਤ ਦੇ ਨਾਲ ਬੰਦਾ ਹੈਗਾ ਇੱਕ ਕੈਬ ਲਈ ਹੋਈ ਉਹਨੇ ਹਿਮਾਚਲ ਦੀ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਵੀਡੀਓ ਕਲਿੱਪ ਦੇ ਵਿੱਚ ਰੋਕ ਕੇ ਵੀ, ਉਹਦੇ ਵਿੱਚ ਉਹ ਬੰਦਾ ਇੱਕ ਕਾਲੇ ਕੱਪੜੇ ਵਾਲੀ ਕੁੜੀ ਦੇ ਥੱਪੜ ਜ਼ਰੂਰ ਮਾਰ ਰਿਹਾ, ਜਿਹਦੀ ਅਸੀਂ ਮੰਗ ਕਰਦੇ ਹਾਂ ਉਹਦੀ ਜਾਂਚ ਕਰਕੇ ਉਹ ਬੰਦੇ ਦੇ ਕਾਰਵਾਈ ਹੋਣੀ ਚਾਹੀਦੀ ਹੈ, ਅਤੇ ਕੰਗਣਾ ਰਣੌਤ ਜਿਹੜੀ MP ਬਣੀ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।